अस्सलाम वालेकुम नाजरीन, मेरे चैनल देसी एग्रीकल्चर दे विच खुश आमदीद। अज दी वीडियो दे विच असी जनाब तुहानू शहत आला घान विखाण लगे हाँ। ये घान भी डूमना घान इहनू आंदे ने, ते बड़ा ही इहदा शहत जिहड़ा ना बड़ा ही ताकतवर हुंदा वे। ते सब तो पहला असी जिहड़ी गल करांगे ओह है कि असां इंसानां ने बड़े जे जुल्म कर खड़े ने। ਸਭ ਨਾਲ ਵੱਡਾ ਜ਼ੁਲਮ ਹੈ ਵੇ ਕਿ ਆਹਾਂ ਸਪਰੇਵਾਂ ਕੱਢ ਲਈਆਂ ਨੇ, ਉਸ ਸਪਰੇਵਾਂ ਦੀ ਵਜ੍ਹਾ ਤੋਂ ਜਨਾਬ ਮੱਖੀਆਂ ਸ਼ਹਿਦ ਵਾਲੀਆਂ ਜਿਹੜੀਆਂ ਨੇ ਨਾ ਉਹ ਬੜੀਆਂ ਜ਼ਿਆਦਾ ਮਰਦੀਆਂ ਨੇ ਪਈਆਂ। ਅਤੇ ਹਾਲਾਂਕਿ ਅੱਜ ਤੋਂ 10 ਸਾਲ ਪਿੱਛੇ ਟੁਰ ਜਾਈਏ ਤਾਂ ਸਾਡੇ ਇੱਥੇ ਸਾਡਾ ਜਿਹੜਾ ਪਿੰਡ ਹੈ ਨਾ, ਇੱਥੇ ਤਕਰੀਬਨ ਹਰ ਡੇਰੇ ਦੇ ਕੋਲ ਜਿਹੜਾ ਨਾ ਸ਼ਹਿਦ ਲੱਗਾ ਹੁੰਦਾ ਸੀ। ਯਾਨੀ ਕਿ ਅੱਲਾਹ ਤਾਲਾ ਨੇ ਨਿਮਤ ਇੰਨੀ ਕੁ ਜ਼ਿਆਦਾ ਦਿੱਤੀ ਸੀ ਕਿ ਹੱਦ ਤੋਂ ਜ਼ਿਆਦਾ। ਲੇਕਿਨ ਹੁਣ ਇਹ ਸ਼ਾਇਦ ਤੁਸੀਂ ਵੇਖ ਰਹੇ ਹੋ ਮੇਰੇ ਪਿੱਛੇ, ਇਹ ਸਮਝ ਲਓ ਕਿ ਇਹ ਬਿਲਕੁਲ ਹੀ ਹੁਣ ਘੱਟ ਗਿਆ ਵੇ। ਇਹ ਹੁਣ ਸਮਝੋ ਕਿ ਮੌਜੂਦਾ ਹੀ ਇਹ ਸਾਡੇ ਡੇਰੇ ਦੇ ਕੋਲ ਲੱਗਾ ਵੇ। ਅਤੇ ਇਨਸ਼ਾਅੱਲਾ ਅਸੀਂ ਇਹ ਤੁਹਾਨੂੰ ਇਹਨੂੰ ਲਾ ਕੇ ਵਹਾਵਾਂ ਦੇ ਵੀ ਇਹ ਹਾਲੇ ਪੱਕਣਾ ਵੇ। ਇਹ ਸਮਝ ਲਓ ਕਿ ਪੱਕਣ ਲਈ ਥੋੜ੍ਹੇ ਦਿਨ ਲੱਗਣੇ ਨੇ। ਅਤੇ ਗੱਲ ਮੈਂ ਕਰ ਰਿਹਾ ਹਾਂ ਕਿ ਦੂਸਰਾ ਅਸਾਂ ਲੋਕਾਂ ਨੇ ਦਰਖਤ ਜਿਹੜੇ ਨੇ ਪੁਰਾਣੇ ਜਿਹੜੇ ਸਾਡੇ ਬਜ਼ੁਰਗਾਂ ਨੇ ਲਾਏ ਹਨ ਉਹ ਵੱਢ ਵੁੱਢ ਕੇ ਅਤੇ ਆਹਾਂ ਆਪਣੇ ਇਸਤੇਮਾਲ 'ਚ ਲੈਂਦੇ ਨੇ, ਅੱਗੋਂ ਅਸੀਂ ਦਰਖਤ ਵੀ ਲਾਉਣੇ ਛੱਡ ਖੜੇ ਨੇ। ਅਤੇ ਦਰਖਤਾਂ ਦੇ ਨਾਲ ਇਹਦਾ ਬੜਾ ਤਲਕ ਹੈ। ਇਹ ਵੇਖੋ ਹੁਣ ਇਹ ਲੱਗਾ ਵੇ ਆਪਣਾ, ਇਹ ਜਿਹੜਾ ਬੂਟੇ ਨਾਲ ਲੱਗਾ ਵੇ, ਇਸ ਬੂਟੇ ਨੂੰ ਆਉਂਦੇ ਨੇ ਪਿੱਪਲ ਦਾ ਬੂਟਾ। ਅੱਛਾ, ਹੁਣ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਇਹਦੀ ਥੋੜ੍ਹੀ ਜਿਹੀ ਸਟੋਰੀ ਕਿ ਅੱਲਾਹ ਪਾਕ ਦਾ ਨਿਜ਼ਾਮ ਵੇਖੋ, ਅੱਲਾਹ ਦੀ ਕੁਦਰਤ ਵੇਖੋ, ਮਾਸ਼ਾ ਅੱਲਾਹ, ਅਤੇ ਅੱਲਾਹੁ ਅਕਬਰ ਕਹਿਣ 'ਤੇ ਫਿਰ ਦਿਲ ਕਰਦਾ ਹੀ ਹੈ। ਇਹ ਜਨਾਬ ਜਿਹੜਾ ਸ਼ਹਿਦ ਹੈ ਨਾ ਜਿਹੜਾ ਤੁਸੀਂ ਵੇਖ ਰਹੇ ਹੋ, ਇਹਦੇ ਵਿੱਚ ਸਾਰਾ ਕਮਾਲ ਸਾਰਾ ਕੰਟਰੋਲ ਸਿਰਫ ਇੱਕ ਮੱਖੀ ਦਾ ਵੇ। ਉਸ ਮੱਖੀ ਨੂੰ ਕਹਿੰਦੇ ਨੇ ਮਲਕਾ ਮੱਖੀ। ਉਹਦੇ ਨਾਲ ਜਿਹੜੀਆਂ ਛੋਟੀਆਂ ਮੱਖੀਆਂ ਨੇ ਉਹਨਾਂ ਦੇ ਵਿੱਚੋਂ ਕੁਛ ਨੇ ਉਹਨਾਂ ਨੂੰ ਕਹਿੰਦੇ ਨੇ ਨਖੱਟੂ, ਅਤੇ ਕੁਛ ਨੇ ਉਹਨਾਂ ਨੂੰ ਕਹਿੰਦੇ ਨੇ ਕਾਰਕੁਨ। ਜਿਹੜੇ ਕਾਰਕੁਨ ਨੇ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਨੇ ਜਾ ਕੇ ਫੁੱਲਾਂ ਦੇ ਵਿੱਚੋਂ ਰਸ ਚੂਸ ਕੇ ਅਤੇ ਲਿਆ ਕੇ ਅਤੇ ਇਹਦੇ ਵਿੱਚ ਰੱਖਣਾ ਵੇ। ਅਤੇ ਜਿਹੜੇ ਨਖੱਟੂ ਨੇ ਉਹਨਾਂ ਦਾ ਕੰਮ ਹੈ ਸਿਰਫ ਮਲਕਾ ਦੀ ਰਾਖੀ ਰੱਖਣੀ। ਉਹ ਮਲਕਾ ਦੀ ਰਾਖੀ ਰੱਖਦੇ ਨੇ ਅਤੇ ਨਾਲ ਮਲਕਾ ਦੇ ਨਾਲ ਮਿਲਾਪ ਕਰਦੇ ਨੇ। ਮਲਕਾ ਨਾਲ ਮਿਲਾਪ ਕਰਕੇ ਆਹ ਮੱਖੀ ਇੱਕ ਮੇਰੇ ਨੇੜੇ ਆ ਗਈ ਹੈ, ਡਰ ਹੀ ਲੱਗਦਾ ਪਿਆ ਲਾੜੀ ਨਾ ਜਾਏ। ਅਤੇ ਅੱਛਾ, ਇਹ ਜਦੋਂ ਕੰਮ ਕਿਸੇ ਨਾਲ ਕਿਸੇ ਦੇ ਪਿੱਛੇ ਲੱਗ ਜਾਣ ਨਾ ਤਾਂ ਜਾਨ ਵੀ ਲੈ ਸਕਦੀਆਂ ਜੀ, ਇਹ ਵੀ ਗੱਲ ਪੱਕੀ ਸ਼ਿਓਰਟੀ ਵਾਲੀ ਜੇ। ਅੱਛਾ, ਗੱਲ ਮੈਂ ਕਰ ਰਿਹਾ ਸਾਂ ਕਿ ਜਿਹੜੇ ਨਖੱਟੂ ਨੇ ਨਾ ਉਹ ਮਲਕਾ ਦੇ ਨਾਲ ਮਿਲਾਪ ਕਰਕੇ ਅਤੇ ਨਾਲ ਮਲਕਾ ਬੱਚੇ ਪੈਦਾ ਕਰਦੀ ਹੈ। ਹੁਣ ਉਹ ਨਾਲ ਇਹ ਸ਼ਹਿਦ ਵੀ ਬਣਾਉਂਦੇ ਹੁੰਦੇ ਨੇ ਅਤੇ ਨਾਲ ਇਹ ਆਪਣੀ ਅੱਗੂ ਨਸਲ ਵੀ ਵਧਾਉਂਦੇ ਹੁੰਦੇ ਨੇ। ਜੋ ਹੀ ਮਲਕਾ ਆਪਣੇ ਬੱਚੇ ਪੂਰੇ ਕਰ ਲੈਂਦੀ ਹੈ, ਉਹਨਾਂ ਬੱਚਿਆਂ ਦੇ ਵਿੱਚ ਵੀ ਕਾਰਕੁਨ ਵੀ ਹੁੰਦੇ ਨੇ ਅਤੇ ਨਖੱਟੂ ਵੀ ਹੁੰਦੇ ਨੇ। ਅਤੇ ਉਹਨਾਂ ਬੱਚਿਆਂ ਦੇ ਵਿੱਚ ਮਲਕਾ ਇੱਕ ਬੱਚਾ ਜਿਹੜਾ ਜੰਮਦੀ ਉਹਦਾ ਨਾਂ ਵੀ ਮਲਕਾ ਹੁੰਦਾ ਵੇ। ਉਹ ਮੱਖੀ ਦਾ ਸੈਦ ਜ਼ਰਾ ਵੱਡਾ ਹੁੰਦਾ ਵੇ। ਹੁਣ ਉਹ ਮੱਖੀ ਜਦੋਂ ਉਹਨਾਂ ਨਖੱਟੂਆਂ ਨੂੰ ਆਪਣੇ ਨਾਲ ਲੈ ਕੇ ਅਤੇ ਨਿਕਲ ਜਾਂਦੀ ਹੈ, ਯਾਨੀ ਕਿ ਬਾਗੀ ਹੋ ਜਾਂਦੀ ਹੈ। ਉਹ ਜਦੋਂ ਬਾਗੀ ਹੋ ਜਾਂਦੀ ਹੈ ਤਾਂ ਉਹ ਜਾ ਕੇ ਆਪਣਾ ਦੂਸਰੀ ਜਗ੍ਹਾ 'ਤੇ ਇੰਤਜ਼ਾਮ ਇਸ ਤਰ੍ਹਾਂ ਹੀ ਉਹ ਬਿਲਕੁਲ ਪਹਿਲਾਂ ਮੱਖੀਆਂ ਜਮ੍ਹਾਂ ਹੁੰਦੀਆਂ ਨੇ, ਫਿਰ ਆਸਤਾ ਆਸਤਾ ਨਖੱਟੂ ਉਸੇ ਮਲਕਾਂ ਨਾਲ ਮਿਲਾਪ ਕਰਕੇ ਅਤੇ ਕਾਰਕੁਨ ਪੈਦਾ ਕਰਦੇ ਨੇ। ਉਹ ਕਾਰਕੁਨ ਜਾ ਕੇ ਅਤੇ ਸ਼ਹਿਦ ਬਣਾਉਂਦੇ ਨੇ, ਉਹਨਾਂ ਫਲਾਂ ਦੇ ਵਿੱਚੋਂ ਜਾਂ ਫੁੱਲਾਂ ਦੇ ਵਿੱਚੋਂ ਉਹ ਲਿਆਉਂਦੇ ਨੇ ਆਪਣਾ ਰਸ, ਉਹ ਰਸ ਕੱਢ ਕੇ ਅਤੇ ਇਸ ਤਰ੍ਹਾਂ ਸ਼ਹਿਦ ਬਣਾਉਂਦੇ ਨੇ। ਅਤੇ ਅੱਲਾਹ ਪਾਕ ਦਾ ਬੜਾ ਸੋਹਣਾ ਨਿਜ਼ਾਮ ਹੈ ਅਤੇ ਸ਼ਹਿਦ ਦੀਆਂ ਸ਼ਿਫਾਵਾਂ ਕੁਰਾਨ ਦੇ ਵਿੱਚ ਵੀ ਨੇ ਅਤੇ ਉਂਝ ਵੀ ਸਾਡੇ ਨਬੀ ਦੇ ਫਰਮਾਨ ਦੇ ਵਿੱਚ ਵੀ ਨੇ। ਅਤੇ ਉਸ ਤਰ੍ਹਾਂ ਵੀ ਹਰ ਟਿਬ ਹਰ ਕੀਮ ਹਰ ਦਵਾਈ ਦੇ ਵਿੱਚ ਇਹਦਾ ਸ਼ਹਿਦ ਦਾ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਵੈਸੇ ਵੀ ਖਾਣ ਵਾਲੀ ਸ਼ਿਫਾ ਵਾਲੀ ਚੀਜ਼ ਹੈ। ਅਤੇ ਬਾਕੀ ਇਜਾਜ਼ਤ ਚਾਹਵਾਂ ਦੇ, ਅਤੇ ਇਨਸ਼ਾਅੱਲਾ ਅਸੀਂ ਇਹਨੂੰ ਪੂਰਾ ਸਪੈਡਰਮੈਨ ਬਣ ਕੇ ਪੂਰੇ ਹੈਲਮਟ ਸ਼ੈਲਮਟ ਪਾ ਕੇ ਅਤੇ ਇਹਨੂੰ ਅਸੀਂ ਲਾਵਾਂਗੇ, ਉਹਦੀ ਵੀਡੀਓ ਵੀ ਇਨਸ਼ਾਅੱਲਾ ਤੁਹਾਨੂੰ ਜਲਦੀ ਵਹਾਵਾਂਗੇ। ਅਤੇ ਅੱਜ ਤੱਕ ਲਈ ਬਸ ਇੰਨਾ ਹੀ, ਦੁਆਵਾਂ 'ਚ ਯਾਦ ਰੱਖਿਓ। ਅਸਲਾਮ ਵਾਲੇਕੁਮ।